हां जी दोस्तों स्वागत है ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਹੁਣੇ-ਹੁਣੇ ਤਾਜ਼ਾ ਵੱਡੀ ਖਬਰ ਆਈ ਜੀ ਲਓ ਜੀ ਆਉਣ ਵਾਲੇ 4 ਮਹੀਨਿਆਂ ਲਈ ਹੋ ਗਿਆ ਹੈ ਵੱਡਾ ਐਲਾਨ ਕੀ ਹੈ ਪੂਰੀ ਖਬਰ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਨਵੇਂ ਚੈਨਲ ਤੇ ਜੁੜੇ ਹੋ ਤਾਂ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਵੀ ਦਬਾ ਲਓ ਕਰੋਨਾ ਨੇ ਸਾਰੀ ਦੁਨੀਆ ਵਿੱਚ ਹੜਕਾ ਪਾ ਚਾ ਰੱਖਿਆ ਹੈ ਤੇ ਹਰ ਰੋਜ਼ ਪੂਰੀ ਦੁਨੀਆ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੋਜ਼ਿਟਿਵ ਕੇਸ ਸਾਹਮਣੇ ਆ ਰਹੇ ਨੇ ਤੇ ਹਜ਼ਾਰਾਂ ਦੇ ਲੋਕਾਂ ਦੀ ਇਸ ਵਜ੍ਹਾ ਨਾਲ ਮੌਤ ਵੀ ਹੋ ਰਹੀ ਤੇ ਇਸ ਦੀ ਨਵੀਂ ਵਜ੍ਹਾ ਇਹ ਹੈ ਕਿ ਹਰੇਕ ਮੁਲਕ ਦੇ ਨਵੇਂ-ਨਵੇਂ ਹੁਕਮ ਦੇ ਰਹੇ ਹੰਤੇ ਹਰ ਰੋਜ਼ ਕੁਝ ਕੰਟਰੋਲ ਕਰ ਰਹੇ ਹਨ ਤੇ ਇੰਡੀਆ ਵਿੱਚ ਵੀ ਹੁਣ ਅੱਜ ਵੱਡਾ ਐਲਾਨ ਕੀਤਾ ਗਿਆ ਜਿਸ ਨਾਲ ਹਵਾਈ ਯਾਤਰਾ ਕਰਨ ਵਾਲਿਆਂ ਨੇ ਸੁਖ ਦਾ ਸਾਹ ਲਿਆ ਕਰੋਨਾ ਦੇ ਮੱਦੇਨਜ਼ਰ ਘਰੇਲੂ ਉਡਾਣਾਂ ਤੇ ਟਿਕਟਾਂ ਦੀ ਕੀਮਤ ਵਿੱਚ ਲਗਾਈ ਗਈ ਕੈਂਪ ਨੂੰ ਹੁਣ 24 ਨਵੰਬਰ ਤੱਕ ਵਧਾ ਦਿੱਤਾ ਗਿਆ ਯਾਨੀ ਕਿ ਹੁਣ 에ਅਰਲਾਈਨਸ ਕੰਪਨੀਆਂ 24 ਨਵੰਬਰ ਤੱਕ ਕਿਰਾਇਆ ਨਹੀਂ ਵਧਾ ਸਕਣਗੀਆਂ ਸ਼ਹਿਰੀ ਹਵਾਵਾਜੀ ਮੰਤ్రਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਇਹਦੀ ਕੋਸ਼ਨਾ ਕੀਤੀ ਤੇ 21 ਮਈ ਨੂੰ ਮੰਤ్రਾਲੇ ਨੇ ਘਰੇਲੂ ਮਾਰਗਾਂ ਤੇ ਹਵਾਈ ਜਿਹੜਾ ਇਹਨਾਂ ਦੇ ਕਰਾਇਏ ਪਿੱਛੇ ਰੋਕ ਲਗਾਉਂਦਾ ਐਲਾਨ ਕੀਤਾ ਸੀ ਤੇ ਉੱਥੇ ਹੀ ਇਹ ਕੰਪੇਂਗ 24 ਗੱਤ ਤੱਕ ਲਾਗੂ ਕੀਤੀ ਗਈ ਸੀ ਪਰ ਹੁਣ ਇਸ ਨੂੰ 3 ਮਹੀਨਿਆਂ ਲਈ ਅੱਗੇ ਵਧਾ ਦਿੱਤਾ ਗਿਆ ਦਰਸਲ ਇਸ ਵਿੱਚ 2 ਮਹੀਨਿਆਂ ਲਈ ਤਾਲਾਬੰਦੀ ਤੋਂ ਬਾਅਦ 25 ਮਈ ਨੂੰ ਘਰੇਲੂ ਓੜਾਨਾ ਚੱਲਣ ਦੀ ਆਗਿਆ ਦਿੱਤੀ ਗਈ ਸੀ ਪਰ ਸਰਕਾਰ ਨੇ ਕਰਾਇਏ ਤੇ ਘਟੂ ਘਟ ਤੇ ਵੱਧ ਤੋਂ ਵੱਧ ਰਾਹਤੇ ਨਰਧਾਰਤ ਕੀਤੇ ਸਨ ਮੰਤਰਾਲੇ ਦਾ ਮੰਨਣਾ ਹੈ ਕਿ ਇਸ ਸੰਕਟ ਦੇ ਸਮੇਂ 에ਅਰਲਾਈਨਾਂ ਕੰਪਨੀਆਂ ਨੂੰ ਮਨਮਾਨੇ ਭਾ ਲੈਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਅਤੇ ਹਾਲਾਂਕਿ 에ਅਰਲਾਈਨਸ ਕੰਪਨੀਆਂ ਵੱਲੋਂ ਇਸ ਦਾ ਵਿਰੋਧ ਵੀ ਹੋਇਆ ਸੀ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਮਾਰਕੀਟ ਦੀ ਅਧਾਰਕਤਾ ਤੇ ਅਜਿਹਾ ਨਹੀਂ ਕਰ ਸਕਦੀ ਉਸ ਤੋਂ ਬਾਅਦ ਖਬਰ ਹੈ ਜੀ ਹਣੀਪ੍ਰੀਤ ਤੇ ਤਿੰਨ ਸਾਲ ਬਾਅਦ ਰਾਮ ਰਹੀਮ ਨੇ ਚੁੱਪੀ ਤੋੜੀ ਸਾਧ ਵੀ ਬਲਾਤਕਾਰ ਮਾਮਲਾ ਤੇ ਛਤਰਪਤੀ ਹੱਤਿਆकांड ਵਿੱਚ ਸੁਨਾਰੀਆ ਜ਼ਿਲ੍ਹੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੇ ਪਹਿਲੀ ਵਾਰ ਹਣੀਪ੍ਰੀਤ ਤੇ ਚੁੱਪੀ ਤੋੜੀ ਐ ਸਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਗਰਮੀਤ ਆ ਰਾਮ ਰਹੀਮ ਨੇ ਇੱਕ ਵਾਰ ਫੇਰ ਆਪਣੀ ਮਾਂ ਤੇ ਸਮਰਥਕਾਂ ਦੇ ਨਾਂ ਤੇ ਚਿੱਠੀ ਲਿਖੀ ਐ ਰਾਮ ਰਹੀਮ ਨੇ ਸਪਸ਼ਟ ਕੀਤਾ ਐ ਡੇਰੇ ਵਿੱਚ ਪਰਿਵਾਰ ਦੇ ਮੈਂਬਰਾਂ ਤੇ ਹਣੀਪ੍ਰੀਤ ਦੇ ਵਿੱਚ ਕੋਈ ਵੀ ਝਗੜਾ ਨਹੀਂ ਐ ਦੱਸਦੀ ਐ ਕਿ ਸਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਨਾਲ ਹਣੀਪ੍ਰੀਤ ਹੁਣ ਤੱਕ 4-5 ਵਾਰ ਮਿਲ ਚੁੱਕੇ ਐ ਲੇਖਣ ਉਸ ਦਰਾਂ ਪਰਿਵਾਰ ਦਾ ਕੋਈ ਵੀ ਮੈਂਬਰ ਨਾਲ ਨਹੀਂ ਹੁੰਦਾ ਸੀ ਗੁਰਮੀਤ ਆਰਾਮਨੀ ਨੇ ਚਿੱਠੀ ਵਿੱਚ ਮਾਂ ਨੂੰ ਕਰੋਨਾ ਨੂੰ ਲੈ ਕੇ ਵੀ ਸਲਾਹਾਂ ਦਿੱਤੀਆਂ ਤੇ ਸਾਵਧਾਨੀ ਵਰਤਣ ਨੂੰ ਕਿਹਾ ਤੇ ਉਹਦੇ ਜੇਲ੍ਹ ਤੋਂ ਆ ਕੇ ਮਾਂ ਨੂੰ ਇਲਾਜ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ ਉਸ ਤੋਂ ਬਾਅਦ ਵੱਡੀ ਖਬਰ ਹੈ ਜੀ ਪੰਜਾਬ ਸਰਕਾਰ ਪਹਿਲੀ ਕਿਸ਼ਤ ਵਿੱਚ ਸਰਕਾਰੀ ਸਕੂਲਾਂਆਂ ਦਾ 11ਵੀਂ ਅਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ 50000 ਸਮਾਰਟਫੋਨ ਵੰਡੇਗੀ ਹਾਂਜੀ ਪੰਜਾਬ ਦੇ ਮੋੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਪਣੇ ਮੋੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਪੰਜਾਬ 유ਥ ਕਾਂਗਰਸ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੇ ਬਰਗਾੜੀ ਮਾਮਲੇ ਦੀ ਜਾਂਚ ਵਰਗੇ ਅਹਿਮ ਮੁੱਦਿਆਂ ਸੰਬੰਧੀ ਲਗਾਤਾਰ ਜਾਣਕਾਰੀ ਦੇਣ ਲਈ ਇੱਕ ਅਧਿਕਾਰੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਵਿੱਚ ਕੀਤੇ ਜਾ ਰਹੇ ਗੁੰਮਰਾਹਕੂਨ ਪ੍ਰਚਾਰ ਨੂੰ ਕੱਟ ਕਰ ਸਕਣ ਅਤੇ ਮੁੱਖ ਮੰਤਰੀ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀ ਨੂੰ ਪੰਜਾਬ 유ਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਮਸਲੇ ਸੁਲਝਾਉਣ ਅਤੇ ਸੂਬੇ ਦੇ ਨੌਜਵਾਨੀ ਸੰਬੰਧੀ ਉਹਨਾਂ ਦੀਆਂ ਚਿੰਤਾਵਾਂ ਮਾ ਦੂਰ ਕਰਨ ਲਈ ਨਿਯਮਤ ਰੂਪ ਵਿੱਚ ਮੁਲਾਕਾਤ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ ਹਨ ਪਾਵਰਸ ਕਾਂਗਰਸ ਯੂਥ ਦੇ ਪ੍ਰਧਾਨ ਬਲਵਿੰਦਰ ਢਿੱਲੋਂ ਅਤੇ ਉਹਨਾਂ ਦੀ ਟੀਮ ਨਾਲ ਵੀਡੀਓ ਕਾਨਫਰੈਂਸਿੰਗ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਇਸ ਕਰਕੇ ਦੇਰੀ ਹੋ ਰਹੀ ਹੈ ਕਿਉਂਕਿ ਸੀਬੀਆਈ ਵੱਲੋਂ ਕੇਸ ਦੀ ਜਾਂਚ ਪੜਦਾਲਾ ਤੇ ਫਾਈਨਲ ਮੂੜ ਤੋਂ ਨਾ ਕੀਤੀ ਜਾ ਰਹੀ ਹੈ ਤੇ ਇਸ ਮੁੱਦੇ ਦੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਟੋਕ ਮੇਟ ਟੰਗ ਨਾਲ ਟਕਰਾ ਕਰਨ ਦੀ ਲੋੜ ਤੇ ਜ਼ੋਰ ਦਿੰਦੇ ਮੁੱਖ ਮੰਤਰੀ ਨੇ ਨੌਜਵਾਨਾਂ ਅਗਾਂ ਨੂੰ ਇਸ ਮੁੱਦੇ ਅਤੇ ਸਰਕਾਰ ਨਾਲ ਸੰਬੰਧਿਤ ਹੋਰ ਅਹਿਮ ਮੁੱਦਿਆਂ ਸੰਬੰਧੀ ਆਮ ਲੋਕਾਂ ਨਾਲ ਜਮੀਨੀ ਪੱਧਰ ਤੇ ਰابطਾ ਕਾਇਮ ਕਰਨ ਦਾ ਸੱਦਾ ਦਿੱਤਾ ਕੈਪਟਨ ਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਕਾਂਗਰਸ ਦੇ 2017 ਦੇ ਚੋਣ ਮੈਨੀਫੈਸਟੋ ਵਿੱਚ ਦਰਸਾਏ ਗੇ 562 ਵਾਅਦਿਆਂ ਵਿੱਚੋਂ 435 ਪੂਰੇ ਕਰ ਦਿੱਤੇ ਹਨ ਤੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਬਾਕੀ ਰਹਿੰਦੇ ਵਾਅਦਿਆਂ ਨੂੰ ਵੀ ਪੂਰਾ ਕਰਨ ਦੇ ਦੌਰ ਤੇਜ਼ੀ ਨਾਲ ਜਾਰੀ ਹੈ ਤੇ ਮੁੱਖ ਮੰਤਰੀ ਨੇ ਅਗਾਹ ਕਿਹਾ ਕਿ ਸੂਬੇ ਸਰਕਾਰ ਦੀਆਂ ਜਈਆਂ ਪ੍ਰਾਪਤੀਆਂ ਦਾ ਲੋਕਾਂ ਤੱਕ ਪਹੁੰਚਾਇਆ ਜਾਣਾ ਬਿਹਤਰ ਜ਼ਰੂਰੀ ਹੈ ਤੇ ਇਸ ਮਕਸਦ ਤਹਿਤ ਉਹਨਾਂ ਨੇ ਨਿਯੋਗਤ ਕੀਤੇ ਜਾਣ ਵਾਲੇ ਅਸਰ ਪੰਜਾਬ ਯੂਥ ਕਾਂਗਰਸ ਜਾਣਕਾਰੀ ਦੇ ਸਤਰ ਵੱਜੂ ਕੰਮ ਕਰੇਗਾ ਤੇ 스마트ਫੋਨਾਂ ਦੇ ਵਾਅਦੇ ਨੂੰ ਵੀ ਪੂਰੇ ਕਰਨ ਲਈ ਸੰਬੰਧਿਤ ਉਹ ਦੇਰੀ ਬਾਵਤ ਯੂਥ ਕਾਂਗਰਸ ਦੇ ਪ੍ਰਤੀਨਿਧਾਂ ਵੱਲੋਂ ਪਰਟਾਏ ਗਏ ਖਾਸਿਆਂ ਨੂੰ ਦੂਰ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ 50000 스마트ਫੋਨਾਂ ਦੀ ਪਹਿਲੀ खेਪ ਕੰਪਨੀ ਵੱਲੋਂ ਆ ਚੁੱਕੀ ਹੈ ਤੇ ਜਿਨ੍ਹਾਂ ਬਾਰੇ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਹਨਾਂ ਦਾ ਚੀਨ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਹ ਫੋਨਾਂ ਫੈਲਾਸ ਉਬੇਰ ਸਰਕਾਰੀ ਸਕੂਲਾਂ ਵਿੱਚ ਪੜ੍ਹਦਿਆਂ 11ਵੀਂ ਅਤੇ 12ਵੀਂ ਦੀਆਂ ਜਮਾਤਾਂ ਦੀਆਂ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਅਤੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ ਜਾਂ ਕੋਵਿਡ ਸੰਕਟ ਦੌਰਾਨ ਆਨਲਾਈਨ ਪੜ੍ਹਾਈ ਵਿੱਚ ਵਿਘਨ ਨਾ ਪਵੇ ਇਸ ਲਈ ਜਿਹੜਾ ਕਿ ਇਹ ਫੈਸਲਾ ਸਰਕਾਰ ਵੱਲੋਂ ਲਿਆ ਜਾ ਰਿਹਾ ਹੈ ਉਸ ਤੋਂ ਬਾਅਦ ਵੱਡੀ ਖਬਰ ਹੈ ਜੀ 1 ਅਗਸਤ ਤੋਂ ਬਦਲ ਜਾਣਗੇ ਤੁਹਾਡੇ ਪੈਸੇ ਨਾਲ ਜੁੜੇ ਇਹ ਪੰਜ ਨਿਜਮ 1 ਅਗਸਤ ਤੋਂ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਤੇ ਜਿਹੜੀਆਂ ਇਹਨਾਂ ਤਬਦੀਲੀਆਂ ਵਿੱਚ ਬੈਂਕ ਲੋਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਘੱਟੋ ਘੱਟ ਬਕਾਇਆ ਰਕਮ ਚਾਮਲ ਹੈ ਇਸ ਲਈ ਅੱਜ ਤੁਹਾਨੂੰ ਅਸੀਂ ਦੱਸ ਦਿਆਂ ਵੀ ਇਸ ਸਬੰਧੀ ਪੂਰੀ ਜਾਣਕਾਰੀ ਜਿਹੀ ਸਥਿਤੀ ਵਿੱਚ ਧਿਆਨ ਜੋ ਨਹੀਂ ਦਿੰਦੇ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਕਾਰ ਅਤੇ ਸਾਈਕਲ ਖਰੀਦਣਾ ਸਸਤਾ ਹੋ ਜਾਵੇਗਾ ਮੋਟਰ ਵਾਹਨ بیمੇ ਨੂੰ ਬਦਲਣਾ ਅਗਲੇ ਮਹੀਨੇ ਤੋਂ ਨਵੀਂ ਕਾਰ ਜਾਂ ਸਾਈਕਲ ਖਰੀਦਣਾ ਥੋੜਾ ਸਸਤਾ ਬਣ ਸਕਦਾ ਹੈ ਨਾਲ ਕਰੋਨਾ ਪੀਰੀਅਡ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ ਏਡਾ ਨੇ ਕਿਹਾ ਹੈ ਕਿ ਲੰਬੀ ਮਿਆਦ ਦੀ ਪੈਕੇਜ ਨੀਤੀ ਕਾਰਨ ਨਮਾ ਵਾਹਨ ਖਰੀਦਣਾਂ ਲੋਕਾਂ ਲਈ ਮਹਿੰਗਾ ਸਾਬਤ ਹੁੰਦਾ ਸੀ ਤੇ ਹੁਣ ਜਿਹੜਾ ਕਿ ਥੋੜਾ ਸਸਤਾ ਹੋ ਸਕਦਾ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਦੀ ਰਕਮ 10 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਆਵੇਗੀ ਜੋ ਕਿ ਪਹਿਲੀ ਗੱਲ ਤੋਂ ਸ਼ੁਰੂ ਹੋ ਜਾਵੇਗੀ ਜੋ ਕਿ ਪੀਐਮ ਕਿਸਾਨ ਸਰਮਾਨ ਨਿਧੀ ਯੋਜਨਾ ਸੀ ਉਹਦੇ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਰਕਮ ਆਵੇਗੀ ਆਰਬੀਆਈ ਬੈਂਕ ਦਾ ਬਚਤ ਖਾਤਾ ਦੇ ਨਿਯਮਾਂ ਨੂੰ ਬਦਲਦਾ ਹੈ ਆਰਬੀਆਈ ਨੇ ਹਾਲ ਹੀ ਵਿੱਚ ਬਚਤ ਖਾਤੇ ਵਿੱਚ ਵਿਆਜ ਦਰਾਂ ਵਿੱਚ ਤਬਦੀਲੀ ਕੀਤੀ ਹੈ ਨਵੀਆਂ ਦਰਾਂ ਇੱਕ ਅਗਾਹਤ ਤੋਂ ਲਾਗੂ ਹੋਣਗੀਆਂ ਤੁਹਾਨੂੰ 1 ਲੱਖ ਰੁਪਏ ਤੱਕ ਦੇ ਸੇਵਿੰਗ ਅਕਾਊਂਟ ਤੇ ਸਾਲਾਨਾ 4.75% ਵਿਆਜ ਮਿਲੇਗਾ ਇਹਦੇ ਨਾਲ ਹੀ 1 ਤੋਂ 10 ਲੱਖ ਰੁਪਏ ਤੱਕ ਦੇ ਰਾਸੀ ਜਮ੍ਹਾਂ ਕਰਾਉਣ ਤੇ 6% ਤੇ 10 ਲੱਖ ਤੋਂ 5 ਕਰੋੜ ਤੱਕ ਜਮ੍ਹਾਂ ਕਰਾਉਣ ਤੇ 6.75% ਵਿਆਜ ਦਿੱਤਾ ਜਾਵੇਗਾ ਜੇ ਕੋਈ ਡੈਬਿਟ ਕਾਰਡ ਜਾਂ ਗੁੰਮ ਹੋ ਜਾਂਦਾ ਜਾਂ ਖਰਾਬ ਹੋ ਜਾਂਦਾ ਤਾਂ 200 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਇਸ ਤੋਂ ਬਾਅਦ ਈ-ਕਮਰਸ ਕੰਪਨੀਆਂ ਨੂੰ ਵੀ ਉਤਪਾਦ ਬਾਰੇ ਕਿਹਾ ਗਿਆ ਹੈ ਦੱਸਣਾ ਜ਼ਰੂਰੀ ਹੋਵੇਗਾ ਉਹ ਉਤਪਾਦ ਨੂੰ ਵੀ ਸਪਲਾਈ ਕਰ ਸਕਦੇ ਹਨ ਤੇ ਪਰ ਕਈ ਕੰਪਨੀਆਂ ਨੇ ਪਹਿਲਾਂ ਹੀ ਇਹ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਇਹਨਾਂ ਵਿੱਚ ਮੇਟਰਾ, ਫਲਿੱਪਕਾਰਟ, ਸਨੈਪਡੀਲ ਸਮੇਤ ਕਈ ਕੰਪਨੀਆਂ ਸ਼ਾਮਲ ਹਨ ਅੰਤਰਰਾਸ਼ਟਰੀ ਵਪਾਰ ਦੇ ਪ੍ਰਚਾਰ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਆਪਣੀ ਨਵੀਂ ਉਤਪਾਦ ਸੂਚੀਕਰਨ ਦੇ ਮੂਲ ਦੇਸ਼ ਨੂੰ 1 ਅਗਸਤ ਤੱਕ ਅਪਡੇਟ ਕਰਨਾ ਹੋਵੇਗਾ। ਉਸ ਤੋਂ ਬਾਅਦ ਵੱਡੀ ਖਬਰ ਹੈ ਜੀ ਰਾਫਲ ਦੀ ਉਡਾਣ ਭਰਨ ਵਾਲੇ 에ਅਰਬੇਸ ਤੇ ਡਿੱਗੀਆਂ ਦੋ ਮਜ਼ਾਈਲਾ ਰਾਫੇਲ ਜਹਾਜ਼ਾਂ ਨੂੰ ਵੀ ਅਲਰਟ ਜਾਰੀ ਯੂਏਈ ਦੇ ਆਲਾ ਦਫਾ 에ਅਰ ਬੇਸ ਤੇ ਪੰਜ ਭਾਰਤੀ ਰਾਫੇਲ ਲੜਾਕੂ ਜਹਾਜ਼ ਅੰਬਾਲਾ 에ਅਰ ਬੇਸ ਲਈ ਰਵਾਨਾ ਹੋ ਗਏ ਪਰ ਇਸ ਤੋਂ ਪਹਿਲਾਂ ਆਲਾ ਦਫਾ 에ਅਰ ਬੇਸ ਤੇ ਇਰਾਨ ਦੀਆਂ ਦੋ ਮਜ਼ਾਈਲਾਂ ਡਿੱਗਣ ਕਾਰਨ ਸਨਸਨੀ ਫੈਲ ਗਈ ਸੀ ਇਹ ਇਰਾਨੀ ਮਹਿਲਾ ਮਜ਼ਾਈਲਾਂ ਉਸ ਜਗ੍ਹਾ ਤੇ ਡਿੱਗੀਆਂ ਜਿੱਥੇ ਅਮਰੀਕਾ ਫਰਾਂਸ ਅਤੇ ਯੂਏਈ ਦੇ ਤਿੰਨ ਦੇਸ਼ਾਂ ਦੇ 에ਅਰ ਬੇਸ ਹਨ ਇਸ ਘਟਨਾ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਾਰਤੀ ਜਹਾਜ਼ ਨੂੰ ਵੀ ਉਡਾਣ ਦੌਰਾਨ ਅਲਰਟ ਤੇ ਰਹਿਣ ਲਈ ਕਿਹਾ ਗਿਆ ਹੈ ਹਾਲਾਂਕਿ ਇਸ ਘਟਨਾ ਕਾਰਨ ਰੈਪਲ ਜਹਾਜ਼ਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ইরਾਨੀ ਫੌਜ ਅਭਿਆਸ ਕਰਨ ਜਾ ਰਹੀ ਸੀ ਇਸ ਦੌਰਾਨ ਇਹ ਮਜਾਇਲਾ ਆਲਦਫਾ 에ਅਰਬੋਸ ਕੋਲ ਡਿੱਗ ਗਏ ਭਾਰਤੀ ਰੈਪਲ ਪੂਰੀ ਤਰ੍ਹਾਂ ਨਾਲ ਸੁਰੱਖਤ ਹੈ ਉਹ ਜਲਦੀ ਹੀ ਅੰਬਾਲਾ 에ਅਰਬੇਸ ਤੇ ਪੁੱਜ ਜਾਣਗੇ ਉਸ ਤੋਂ ਬਾਅਦ ਵੱਡੀ ਖਬਰ ਹੈ ਜੀ ਆਸਟ੍ਰੇਲੀਆ ਵੱਜੋਂ ਸਟੱਡੀ ਵੀਜ਼ਾ ਸ਼ੁਰੂ ਕੁਮਾਂਤਰੀ ਵਿਦਿਆਰਥੀਆਂ ਨੂੰ ਦਿੱਤਾ ਸੱਦਾ ਹਾਂਜੀ ਭਾਵੇਂ ਕਰੋਨਾ ਦਾ ਕਹਿਰ ਜਾਰੀ ਹੈ ਪਰ ਇਸ ਦੀ ਜਿਆਦਾ ਪ੍ਰਵਾਹ ਨਾ ਕਰਦੇ ਹੋਏ ਆਸਟ੍ਰੇਲੀਆ ਨੇ ਸਟੱਡੀ ਵੀਜ਼ਾ ਸ਼ੁਰੂ ਕਰ ਦਿੱਤਾ ਹੈ ਕਮਾਂਤਰੀ ਵਿਦਿਆਰਥੀਆਂ ਨੂੰ ਸੱਦਾ ਦਿੰਦਾ ਹੈ ਤੇ ਉਹੜਾਨਾ ਸ਼ੁਰੂ ਹੁੰਦੇ ਹੀ ਆਸਟ੍ਰੇਲੀਆ ਪਹੁੰਚ ਜਾਣ ਕਮਾਂਤਰੀ ਵਿਦਿਆਰਥੀਆਂ ਨੂੰ ਨਿਯਮਾਂ ਮੁਤਾਬਕ ਯੂਨੀਵਰਸਿਟੀਆਂ ਵਿੱਚ ਹੀ ਕੁਆਰੰਟਾਈਨ ਕੀਤਾ ਜਾਵੇਗਾ ਸੂਤਰਾ ਮੁਤਾਬਕ ਆਸਟ੍ਰੇਲੀਆ ਨੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਵਿਦਿਆਰਥੀ ਭਾਰਤੀ ਵਿਦਿਆਰਥੀਆਂ ਨੂੰ ਸੂਲਤ ਦਿੱਤੀ ਹੈ ਕਿ ਉਹ ਸਤੰਬਰ ਵਾਲਾ ਸੈਸਨ ਆਨਲਾਈਨ ਲੈ ਕੇ ਸਕਦੇ ਹਨ ਤੇ ਉਹ ਸਤੰਬਰ ਦਾ ਸੈਮੈਸਟਰ ਆਨਲਾਈਨ ਭਾਰਤ ਤੋਂ ਹੀ ਕਰ ਸਕਦੇ ਹਨ ਤੇ 25 PC ਦੀ ਸਕਾਲਰਸ਼ਿਪ ਵੀ ਮਿਲੇਗੀ ਤੇ ਬਾਰਕਾ ਵੀ ਜਾਤੇ ਪੀਆਰ ਬੈਟ ਵੀ ਕੋਈ ਦਿੱਕਤ ਨਹੀਂ ਆਵੇਗੀ ਉਸਦਾਰ ਵੱਡੀ ਖਬਰ ਹੈ ਜੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾਇਆ 10 ਗ੍ਰਾਮ ਸੋਨੇ ਦੀ ਕੀਮਤ 52435 ਰੁਪਏ ਤੱਕ ਪਹੁੰਚ ਗਏ ਬੀਤੇ ਦਿਨੀ ਸੋਨੇ ਦੀ ਕੀਮਤ 52414 ਰੁਪਏ ਦੇ ਪੱਧਰ ਨੂੰ ਵੀ ਛੂਹਿਆ ਸੀ ਤੇ ਉੱਥੇ ਹੀ ਚਾਂਦੀ ਦੀ ਕੀਮਤ 67560 ਰੁਪਏ ਪ੍ਰਤੀ ਕਿਲੋ ਗ੍ਰਾਮ ਤੇ ਪਹੁੰਚ ਗਏ ਜੋ ਕਿ 8 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ ਦਿੱਲੀ ਵਿੱਚ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ 905 ਰੁਪਏ ਦੀ ਤੇਜ਼ੀ ਦੇਖੀ ਗਈ ਹੈ। ਉਸ ਤੋਂ ਵੱਡੀ ਖਬਰ ਹੈ ਜੀ ਦੇਸ਼ ਵਿੱਚ ਰਹਿ ਜਾਣੀਆਂ ਸਿਰਫ ਪੰਜ ਸਰਕਾਰੀ ਬੈਂਕਾਂ। ਇਨ੍ਹਾਂ ਬੈਂਕਾਂ ਵਿੱਚ ਆਪਣੀ ਹਿੱਸੇਦਾਰੀ ਵੇਚੇਗੀ ਮੋਦੀ ਸਰਕਾਰ। ਕੇਂਦਰ ਸਰਕਾਰ ਯੋਜਨਾ ਦੇ ਤਹਿਤ ਪਹਿਲੇ ਚਰਨ ਵਿੱਚ ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਯੂਕੋ ਬੈਂਕ, ਬੈਂਕ ਆਫ ਮਹਾਰਾਸ਼ਟਰ, ਪੰਜਾਬ ਐਂਡ ਸਿੰਧ ਬੈਂਕ ਵਿੱਚ ਮੈਜੋਰਿਟੀ ਸਟੇਕ ਬਾਤ ਚੱਕੇਗੀ ਕੇਂਦਰ ਸਰਕਾਰ ਦੇਸ਼ ਵਿੱਚ ਸਰਕਾਰੀ ਬੈਂਕਾਂ ਵਿੱਚ 50% ਤੋਂ ਜ਼ਿਆਦਾ ਨਿੱਜੀਕਰਨ ਕਰਨ ਦੀ ਯੋਜਨਾ ਬਣਾ ਰਹੀ ਹੈ ਜੇਕਰ ਇਹ ਵੇ ਚੱਲਦਾ ਰਿਹਾ ਤਾਂ ਦੇਸ਼ ਵਿੱਚ ਪੰਜ ਸਰਕਾਰੀ ਬੈਂਕਾਂ ਹੀ ਰਹਿ ਜਾਣਗੀਆਂ ਤੇ ਬੈਂਕਿੰਗ ਸੈਕਟਰ ਦੇ ਸੂਤਰਾਂ ਮੁਤਾਬਕ ਬੈਂਕਿੰਗ ਇੰਡਸਟਰੀ ਦੇ ਹਾਲਾਤਾਂ ਨੂੰ ਸੁਧਾਰਨ ਲਈ ਨਿੱਜੀਕਰਨ ਕਰਨ ਦਾ ਫੈਸਲਾ ਕੀਤਾ ਜਾ ਰਿਹਾ ਹੈ ਇਸ ਦੇ ਲਈ ਸਰਕਾਰ ਯੋਜਨਾ ਤੋਂ ਪਹਿਲੇ ਚਰਨ ਵਿੱਚ ਬੈਂਕ ਆਫ ਇੰਡੀਆ ਸੈਂਟਰਲ ਬੈਂਕ ਆਫ ਇੰਡੀਆ ਇੰਡੀਅਨ ਓਵਰਸੀਜ਼ ਬੈਂਕ ਯੂਕੋ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰ ਅਤੇ ਪੰਜਾਬ ਐਂਡ ਸੈਂਤ ਬੈਂਕ ਵਿੱਚ ਮੈਜੋਰਿਟੀ ਸਟੇਕ ਵੇਚੇਗੀ ਨਿੱਜੀਕਰਨ ਦਾ ਪ੍ਰਸਤਾਵ ਤਿਆਰ ਕਰ ਕੈਬਨਟ ਨੂੰ ਸੌਂਪੇਗੀ ਸਰਕਾਰ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਦੇਸ਼ ਵਿੱਚ ਸਿਰਫ ਜਾਂ ਪੰਜ ਬੈਂਕ ਹੀ ਰਹਿ ਜਾਣਗੇ ਤੁਹਾਨੂੰ ਦੱਸ ਦੇਵੇ ਹੁਣ 12 ਸਰਕਾਰੀ ਬੈਂਕ ਹਨ 2017 ਵਿੱਚ 27 ਬੈਂਕ ਸਨ ਤੇ ਹੁਣ 12 ਬੈਂਕਾਂ ਹਨ ਤੇ ਜਿਨ੍ਹਾਂ ਵਿੱਚੋਂ ਨਿੱਜੀਕਰਨ ਤਹਿਤ ਕਾਨੂੰਨ ਦੇ ਪੰਜ ਬੈਂਕ ਹੀ ਰਹਿ ਸਕਦੇ ਹਨ ਇਹ ਸਨ ਜੀ ਹੁੰਦੀਆਂ ਪੰਜਾਬ ਭਾਰਤ ਦੀਆਂ ਤਾਜ਼ਾ ਵੱਡੀਆਂ ਖਬਰਾਂ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਫੇਸਬੁੱਕ WhatsApp ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਖਬਰਾਂ ਦੀ ਜਾਣਕਾਰੀ ਹਰੇਕ ਪੰਜਾਬ ਵਾਸੀ ਤੱਕ ਪਹੁੰਚ ਸਕੇ ਆਉਣ ਵਾਲੀਆਂ ਤਾਜ਼ਾਤਰੀਨ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ